ਹਾਂਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਆਪਾਂ ਲੈ ਕੇ ਆਏ ਆਂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਨੋਟੀਫਿਕੇਸ਼ਨ ਦੀ ਅਪਡੇਟ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ Channel ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ Channel ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਅਪਡੇਟ ਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਚੈਨਲ ਦੇ ਉੱਤੇ ਆਪਾਂ ਪੇਪਰਾਂ ਦੀ ਤਿਆਰੀ ਅਤੇ ਜੋਬ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਉਂਦੇ ਹਾਂ ਅਤੇ ਮੈਡੀਕਲ ਫੀਲਡ ਨਾਲ ਰਿਲੇਟਡ ਹਰ ਇੱਕ ਨੋਟੀਫਿਕੇਸ਼ਨ ਅਪਡੇਟ ਕੀਤਾ ਜਾਂਦਾ ਹੈ ਹਾਂਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਆਪਣੇ ਅੱਜ ਦੇ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਕਾਉਂਸਲਿੰਗ ਦੀ ਮਿਤੀ ਜਾਰੀ ਕੀਤੀ ਗਈ ਹੈ ਜੀ ਉਹ ਕੁਸ਼ਕ ਸੀਟਾਂ ਨੇ ਜਿਹੜੀਆਂ BPT ਐਂਡ MPT ਕੋਰਸਸ ਆ ਕਰਨ ਵਾਲੇ ਕੈਂਡੀਡੇਟਸ ਲਈ ਖਾਲੀ ਨੇ ਯੂਨੀਵਰਸਿਟੀ ਕਾਲਜ ਆਫ ਫਿਜ਼ੀਓਥੈਰੇਪੀ ਫਰੀਦਕੋਟ ਦਾ ਡਿਟੇਲਸ ਹਾਂਜੀ ਇੱਕ ਨੰਬਰ 1 ਆ ਜੀ ਬੈਚਲਰ ਆਫ ਫਿਜ਼ੀਓਥੈਰੇਪੀ BPT ਯੂਨੀਵਰਸਿਟੀ ਕਾਲਜ ਆਫ ਫਿਜ਼ੀਓਥੈਰੇਪੀ ਫਰੀਦਕੋਟ ਤਿੰਨ ਸੀਟਾਂ ਖਾਲੀ ਨੇ ਜੀ ਨੰਬਰ 2 ਤੇ ਮਾਸਟਰ ਆਫ ਫਿਜ਼ੀਓਥੈਰੇਪੀ ਠੀਕ ਹੈ ਜੀ ਇਸ ਦੀਆਂ 6 ਸੀਟਾਂ ਖਾਲੀ ਨੇ ਜੀ ਠੀਕ ਹੈ ਜੀ ਐਮ ਪੀਟੀ ਆਰਥੋ ਦੀਆਂ 4 ਐਮ ਪੀਟੀ ਨਿਊਰੋ ਦੀਆਂ 2 ਠੀਕ ਹੈ ਟੋਟਲ 6 ਸੀਟਾਂ ਖਾਲੀ ਆ ਜੀ ਤੇ ਇਹਦੇ ਲਈ ਕਾਉਂਸਲਿੰਗ ਰੱਖੀ ਗਈ ਆ ਜੀ 31 1 2022 ਨੂੰ 11 ਵਜੇ ਠੀਕ ਹੈ ਜੀ ਕੈਂਡੀਡੇਟ ਹੂ ਵਾਂਟਸ ਟੂ ਅਪੀਅਰ ਫਾਰ ਦਾ ਕਾਉਂਸਲਿੰਗ ਹੈਵ ਟੂ ਰਿਪੋਰਟ ਟੂਸ ਆਫ ਦਾ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਆਫ ਫਿਜ਼ੀਓਥੈਰੇਪੀ ਠੀਕ ਹੈ ਜੀ ਫਿਜ਼ੀਓਥੈਰੇਪੀ ਯੂਨੀਵਰਸਿਟੀ ਆਫ ਕਾਲਜ ਆ ਜਿਹੜਾ ਉਹਦੇ 11 ਵਜੇ ਤੁਸੀਂ ਰਿਪੋਰਟ ਕਰਨਾ ਹੋਵੇਗਾ ਪ੍ਰਿੰਸੀਪਲ ਦੇ ਆਫਿਸ ਵਿੱਚ ਠੀਕ ਹੈ ਜੀ ਟਿਲ 10 ਏਐਮ ਇਹ 10 ਵਜੇ ਦੇ ਨੂੰ ਪਹੁੰਚਣਾ ਹੋਵੇਗਾ 11 ਵਜੇ ਕਾਉਂਸਲਿੰਗ ਸਟਾਰਟ ਹੋਵੇਗੀ ਦ ਕੈਂਡੀਡੇਟਸ ਹੈਵ ਟੂ ਬ੍ਰਿੰਗ देयर origignal ਸਰਟੀਫਿਕੇਟਸ ਡਾਕੂਮੈਂਟਸ ਐਂਡ ਰਿਕੁਐਸਟ ਸੋ ਫੀ ਔਨ ਦਾ ਡੇ ਆਫ ਕਾਉਂਸਲਿੰਗ ਹਾਂਜੀ ਫੀ ਲੱਗੂਗੀ ਜੀ 1000 ਰੁਪਏ ਥੱਲੇ ਮੈਂਸ਼ਨ ਕੀਤੀ ਹੋਈ ਆ ਠੀਕ ਆ ਜੀ ਆ ਦੇਖੋ 1000 ਰੁਪਏ ਫੀ ਤੁਸੀਂ ਲੈ ਕੇ ਜਾਣੀ ਹੋਵੇਗੀ ਠੀਕ ਆ ਜੀ ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਆਉਂਦੀ ਆ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਆ ਆ ਦੇਖੋ www.bfuhs.ac.in ਤੇ ਜਾ ਕੇ ਚੈੱਕ ਕਰ ਸਕਦੇ ਹੋ ਸੋ ਉਮੀਦ ਆ ਜੀ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਜਿੱਦਾਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਵਾ ਬਹੁਤ ਸਾਰੇ ਕੈਂਡੀਡੇਟ ਸਟੂਡੈਂਟ ਕਮੈਂਟ ਸੈਕਸ਼ਨ ਚ ਪੁੱਛ ਰਿਹਾ ਕਿ ਸਟਾਫ ਨਰਸ ਦਾ ਜਿਹੜਾ ਐਗਜ਼ਾਮ ਹੋਇਆ ਸੀ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਉਹ ਜੀ ਹੁਣ ਇਲੈਕਸ਼ਨਾਂ ਤੋਂ ਬਾਅਦ ਹੀ ਹੋਣ ਦੇ ਚਾਂਸ ਨੇ ਠੀਕ ਆ ਬਾਕੀ ਜਿੱਦਾਂ ਵੀ ਕੋਈ ਵਾਰਡ اٹੈਂਡੈਂਟ ਜਾਂ ਸਟਾਫ ਨਰਸ ਨਾਲ ਰਿਲੇਟਡ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਵਾ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਇਨਫੋਰਮ ਕਰਦੇ ਰਹਾਂਗੇ ਸੋ ਜੁੜੇ ਰਹੋ ਚੈਨਲ ਦੇ ਨਾਲ ਜਿਨ੍ਹਾਂ ਨੇ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲੈਣ ਮਿਲਦੇ ਆ ਨਵੀਂ ਵੀਡੀਓ ਚ ਨਵੀਂ ਇਨਫੋਰਮੇਸ਼ਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ